खबर अमलोह तो। अमलोह के पिंड शाहपुर विखे एक दुकान के अगे कोई परिवार नवजमी बच्ची नूं सुट के जाण दी खबर सामने आई है। इस संबंधी जानकारी दिंदिया महिला दर्शन कौर ने दस्या है कि साड़ी शाहपुर विखे दुकान है अते मेरे बेटे नूं कुछ लोगों के वलों सवक्ते ही फोन करके दस्या गया कि तुहाडी दुकान के काउंटर उपर कोई बच्चा सुट गया है, जिस नूं मेरी नूं ते मेरे पुत वलों इस बच्ची नूं सिविल हॉस्पिटल अमलोह विखे लिया गया। उस समय बरसात भी हो रही सी अते उस बच्ची का वजन अते सेहत बिल्कुल ठीक ठाक है। उन्होंने दस्या कि कन्या दी असी संभाल कर रहे हाँ पर हाले तक पता नहीं लग सकया कि कौन छड़ गया है। जिसने ये पाप किया है परमात्मा उसनूं सज़ा देवेगा। उसने कहा कि साडा परिवार बच्ची नूं रखण लई तैयार है अते असी इस दी पालन पोषण करांगे। वेखो पूरी खबर। दर्शना कौर जी, हाँ जी, मेरा बेटा गया सी, सानू खबर मिली सी, सानू दो बंदिया ने फोन किया सी जी, सानू उन्होंने फोन किया सी तुहाडे काउंटर ते बच्चा पिया, मेरे नौ ते मेरा बच्चा आया, उन्होंने जाके हस्पताल लिया, हस्पताल लिया के उन्होंने उदा उन्होंने आड़ुआ भी नाल सी जी, वो सब कुछ नाल सी बच्चों, फिर उन्होंने हस्पताल लेने वाले सामभिया, फिर असी पुलिस थाने रिपोर्ट दी, कार्रवाई हो रही है, बच्चे ने असं संभाल रहे हैं बिल्कुल। हाँ बेटी है जी। ਕਿੰਨੇ ਕੁ ਦਿਨ ਦਾ ਲੱਗਦਾ ਜੀ ਤੁਹਾਨੂੰ? ਹਾਂਜੀ ਕੋਈ ਨਹੀਂ ਜੀ, ਅੱਜ ਕੱਲ੍ਹ ਸਵੇਰੇ ਹੀ ਦੋ ਢਾਈ ਵਜੇ ਦਾ ਟਾਈਮ ਹੈ ਉਹਨਾਂ ਬੱਚੇ ਦਾ। ਨਾ ਜੀ ਕੋਈ ਅਜੇ ਸਾਨੂੰ ਕੋਈ ਪਤਾ ਨਹੀਂ ਲੱਗਾ, ਅਸੀਂ ਸੇਵਾ ਕਰ ਰਹੇ ਹਾਂ ਕੰਨਿਆ ਭਵਾਨੀ ਦੀ, ਅੱਗੋਂ ਪਰਮਾਤਮਾ ਦੀ ਮਰਜ਼ੀ ਹੈ ਜੀ, ਅਸੀਂ ਤਾਂ ਬੱਚੇ ਦੀ ਸੇਵਾ ਕਰਦੇ ਪਏ ਹਾਂ, ਸਾਨੂੰ ਮਿਲੀ ਸੀ, ਅਸੀਂ ਕਹਿੰਦੇ ਸਾਂ ਪਰਮਾਤਮਾ ਦਾ ਰੂਪ ਹੀ ਆ, ਕੋਈ ਜਿਹੜਾ ਜਿਹਨੇ ਕੋਈ ਕੀਤਾ ਪਾਪ ਉਹਨੂੰ ਸਜ਼ਾ ਪਰਮਾਤਮਾ ਨੂੰ। ਅਸੀਂ ਹਸਪਤਾਲ ਸਰਕਾਰੀ 'ਚ ਜੀ ਮਲੋਹ ਦੇ ਵਿੱਚ ਜੀ, ਬਿਲਕੁਲ ਠੀਕ ਠਾਕ ਹੈ ਜੀ। ਮੇਰੇ ਬੱਚੇ ਦੇ ਤਿੰਨ ਬੱਚੇ ਆ ਜੀ, ਉਹ ਬੱਚੇ ਜਵਾਨ ਹੈ ਸਾਂਭਣ ਨੂੰ, ਮੇਰੇ ਪੋਤੇ ਵੀ ਜੀ ਸਹਿਮਤ ਆ ਅਤੇ ਮੇਰੇ ਇਹਨਾਂ ਦਾ ਨੌਂ ਪੁੱਤ ਵੀ ਸਹਿਮਤ ਆ, ਅਸੀਂ ਸਾਂਭਾਂਗੇ, ਕੋਈ ਚੀਜ਼ ਦਾ ਘਾਟਾ ਨਹੀਂ, ਜੋ ਮਾਲਕ ਨੇ ਸਾਡੀ ਕਿਸਮਤ 'ਚ ਦਿੱਤੀ ਅਸੀਂ ਸੇਵਾ ਇਹਦੀ ਕਰਾਂਗੇ, ਜੇ ਤੁਸੀਂ ਆਪਣਾ ਜਿਵੇਂ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ। ਸਾਡੀ ਜੀ ਚਾਹ ਦੁੱਧ ਦਾ ਦੁਕਾਨ ਹੈ ਜੀ, ਮੈਂ ਦੁਕਾਨ ਕਰਦੀ ਹਾਂ, ਉਹਦੀ ਮਤਲਬ ਰੇੜੀ ਲਾ ਰਹੀ ਹਾਂ, ਕੱਪੜੇ ਦੇ ਵਿੱਚ ਕੰਮ ਹੈ, ਵਿੱਚ ਮੈਂ ਜੁੱਤੀਆਂ ਵੇਚ ਰਹੀ ਹਾਂ, ਮਤਲਬ ਸੋਹਣੀ ਰੋਟੀ ਆਪਣੀ ਇੱਜ਼ਤ ਦੀ ਖਾ ਰਹੀ ਹਾਂ। ਚਾਹਪੁਰ ਪਿੰਡ ਚਾਹਪੁਰ ਮਤਲਬ ਸਕੂਲ ਦੇ ਕੋਲ ਰੇੜੀ ਲੱਗੀ ਆ, ਸਕੂਲ ਦੇ ਮਤਲਬ ਗੁੱਡੂ ਫੈਕਟਰੀ ਦੇ ਕੋਲ ਸਾਡਾ ਹੋਟਲ ਆ, ਬੈਕ ਸਾਈਡ ਸਾਹਮਣੇ ਸਾਡੇ ਹੋਟਲ ਦੇ ਉੱਤੇ ਵੀ ਪਾ ਕੇ ਕਾਊਂਟਰ 'ਤੇ ਗਏ, ਦੁਕਾਨ ਬੰਦ ਸੀ, ਮੀਂਹ ਪੈ ਰਿਹਾ ਸੀ। ਕਿਹਨੇ ਦੱਸਿਆ ਜੀ ਤੁਹਾਨੂੰ? ਸਾਨੂੰ ਮਤਲਬ ਸਾਡੇ ਨਾਲ ਸਤਨਾਮ ਦੀ ਦੁਕਾਨ ਆ, ਇੱਕ ਸਾਹਮਣੇ ਗਗਨ ਦੀ ਦੁਕਾਨ ਆ, ਅਸੀਂ ਉਹਨਾਂ ਨੂੰ ਕਹਿੰਦੇ ਵੀ ਇਹੋ ਜਿਹੀ ਸਜ਼ਾ ਦਿਓ ਜਿਹੜਾ ਦੁਨੀਆ 'ਚ ਇਹੋ ਜਿਹਾ ਪਾਪ ਕਰੇ। ਮੇਰੀ ਹੱਥ ਬੰਨ ਕੇ ਬੇਨਤੀ ਆ ਵੀ ਇਹੋ ਜਿਹਾ ਪਾਪ ਕਰਨਾ ਹਟਾਓ। ਹਾਂਜੀ ਲੈਣਾ ਸੀ ਦੇਣਾ ਸੀ, ਅਸੀਂ ਕਹਿੰਦਾ ਅਸੀਂ ਨਹੀਂ ਦੇਣੀ, ਸਾਨੂੰ ਤਾਂ ਪਰਮਾਤਮਾ ਨੇ ਦਿੱਤਾ ਜੀ, ਲਕਸ਼ਮੀ ਪੈਦਾ ਕੀਤੀ ਆ ਅਤੇ ਅਸੀਂ ਲਕਸ਼ਮੀ ਸਾਂਭਾਂਗੇ, ਸਾਡੇ ਅਸੀਂ ਕਿਸੇ ਨੂੰ ਨਹੀਂ ਦੇਣੀ। ਤੁਹਾਡੇ ਬੇਟੇ ਦੇ ਕਿੰਨੇ ਜਵਾਕ ਨੇ? ਸਾਡੇ ਤਿੰਨ ਬੱਚੇ ਆ ਜੀ, ਉਹਦੇ ਜਵਾਨ ਬੱਚੇ ਨੇ, ਵਿਆਹੁਣ ਵਾਲੇ ਨੇ, ਅਸੀਂ ਤਾਂ ਸਿਰਫ ਗੁੱਡੀਆ ਬਣਾ ਕੇ ਨਹੀਂ ਕਿ ਜੀ ਗੁੱਡਾ ਬਣਾ ਕੇ ਕਹਿੰਦਾਂਗੇ ਅਸੀਂ, ਸਾਨੂੰ ਕੋਈ ਹੈ ਨਹੀਂ ਹੈ। ਫਤਿਹਗੜ੍ਹ ਸਾਹਿਬ ਤੋਂ ਦੀਪਕ ਸੂਦ ਦੀ ਰਿਪੋਰਟ।